ਜਲਾਲਾਬਾਦ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ। ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ ਪੰਜਾਬ ਰੋਡਵੇਜ ਦੀ ਬੱਸ ਅਤੇ ਕਾਰ ਵਿਚਕਾਰ ਭਿਆਨਕ ਟੱਕਰ ਹੋਈ ਹੈ। ਕੀ ਮਾਤਾ ਪਿਤਾ ਬਣਨਾ ਅਜੇ ਵੀ ਤੁਹਾਡਾ ਸੁਪਨਾ ਹੈ? ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ। ਮੁਫਤ ਸਲਾਹ ਲਈ ਕਾਲ ਕਰੋ 9953923945 ਤੇ। ਦੱਸਿਆ ਜਾ ਰਿਹਾ ਹੈ ਕਿ ਬਸਤੀ ਬਾਬਾ ਸਰੂਪ ਦਾਸ ਕਾਲੂਵਾਲਾ ਰੋਡ ਸੜਕ ਤੇ ਪਏ ਟੋਏ ਕਾਰਨ ਇੱਕ ਕਾਰ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਈ। ਬੱਸ ਚਾਲਕ ਨੇ ਦੱਸਿਆ ਕਿ ਕਾਰ ਤੇਜ਼ ਰਫ਼ਤਾਰ ਤੇ ਸੀ, ਜਿਸ ਕਾਰਨ ਹਾਦਸਾ ਹੋਰ ਵੀ ਭਿਆਨਕ ਹੋ ਗਿਆ। ਗਨੀਮਤ ਰਹੀ ਕਿ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ, ਜਦਕਿ ਬੱਸ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੇ ਗਈ ਨਹੀਂ। ਉੱਥੇ ਹੀ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ, ਜਿਸ ਵੱਲੋਂ ਇਸ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪਤਾ ਲੱਗ ਰਿਹਾ ਜੀ ਇਹਨਾਂ ਦੇ ਆਪਣੇ ਪਿੰਡ ਵਾਲਿਆਂ ਤੋਂ ਹੀ ਵੀ ਉੱਥੇ ਖੱਡੇ ਆ ਜੀ, ਖੱਡੇ ਤੋਂ ਗੱਡੀ ਕਹਿੰਦੇ ਬੁੜਕੀ ਹੈ ਅਤੇ ਚਲੋ ਜਿਵੇਂ ਵੀ ਸੀ ਅਤੇ ਉਹ ਕਹਿੰਦੇ ਗੱਡੀ ਬੱਜੀ ਹੈ ਤਾਂ ਸਾਨੂੰ ਪਿੰਡ ਵਾਲਿਆਂ ਤੋਂ ਪਤਾ ਲੱਗਿਆ ਸੀ ਜੇ ਆਪ ਹੁਣੇ ਹੀ ਆਏ ਹਾਂ, ਅਸੀਂ ਹੋਸਪਿਟਲ ਤੋਂ ਉੱਠੇ ਆਏ ਹਾਂ, ਮੁੰਡਾ ਠੀਕ ਆ ਜੀ, ਥੋੜੀਆਂ ਬੋਟੀਆਂ ਚਲੋ ਸੱਟਾਂ ਲੱਗੀਆਂ, ਵਾਹਿਗੁਰੂ ਦੀ ਮਿਹਰ ਹੈ ਜੀ, ਸ਼ੁਕਰ ਹੈ ਜੀ ਮਾਲਕ ਦਾ। ਕਾਰ ਦਾ ਵੱਡਾ ਨੁਕਸਾਨ ਹੋ ਗਿਆ? ਹਾਂਜੀ ਹਾਂਜੀ, ਚਲੋ ਜੀ ਜੋ ਵਾਹਿਗੁਰੂ ਨੂੰ ਮਨਜ਼ੂਰ ਜੀ। ਅੱਛਾ, ਕਹਿੰਦੇ ਕਾਰ ਸਪੀਡ 'ਤੇ ਸੀ ਜ਼ਿਆਦਾ, ਡਰਾਈਵਰ ਦੱਸਦੇ ਹੈ ਇਹ ਤਾਂ ਜੀ ਹੁਣ ਵਾਹਿਗੁਰੂ ਜਾਣਦਾ, ਇਹ ਉਹ ਕਹਿੰਦੇ 170 'ਤੇ ਚੜ੍ਹਦੀ, ਮੈਂ ਕਿਹਾ ਜੀ 170 ਦੇ ਨਾਲ ਦੀ ਲਿਆ ਦੇਣਾ ਸਾਨੂੰ ਚੜਾ ਕੇ, ਵਾਹਿਗੁਰੂ ਦੀ ਮਿਹਰ ਹੈ ਚਲੋ ਸਾਡਾ ਭਰਾ ਭੱਜ ਗਿਆ, ਸਾਨੂੰ ਹੋਰ ਨਹੀਂ ਕੋਈ ਚੱਕਰ, ਕਾਰਾਂ ਕੂਰਾਂ ਤਾਂ ਵੱਜਦੀਆਂ ਰਹਿੰਦੀਆਂ, ਚਲੋ ਵਾਹਿਗੁਰੂ ਦੀ ਮਿਹਰ ਹੈ ਜੀ ਭਰਾ ਭੱਜ ਗਿਆ। ਘੱਟੋ ਘੱਟ 2-3 ਸਾਲ ਹੋ ਗਏ ਜੀ ਖੱਡੇ ਇੱਥੇ ਨੇ, ਹਾਂ ਕੋਈ ਖੱਡਿਆਂ ਦੀ ਸੁਣਵਾਈ ਨਹੀਂ, ਕੋਈ ਵੇਂਦਾ ਨਹੀਂ, ਇੱਥੇ ਰੋਜ਼ ਐਕਸੀਡੈਂਟ ਹੁੰਦੇ, ਆਪੋ ਆਪਦੇ ਪੇਸ਼ੈਂਟ ਨੂੰ ਜਦ ਡਿੱਗਦਾ ਉਹਨੂੰ ਸੱਟਾਂ ਲੱਗਦੀਆਂ, ਆਪਣੇ ਚੱਕ ਲੈ ਜਾਂਦੇ ਜੀ, ਕੋਈ ਅਧਿਕਾਰੀ ਨਹੀਂ ਇੱਥੇ ਵੇਂਦਾ, ਕੋਈ ਸੁਣਦਾ ਨਹੀਂ, ਇਹ ਕੋਈ ਇੱਦਾਂ ਨਹੀਂ ਖੱਡਾ ਜੀ। ਕੱਲ੍ਹ ਪਰਸੋਂ ਵੀ ਇੱਥੇ ਉੱਥੇ ਗੱਡੀ ਘੁੰਮਦੀ ਕੰਮਦੀ ਆਟੋਆਂ 'ਚ ਵੱਜੀ, ਮੂੰਹਦੀ ਹੋਈ ਚਾਰੇ ਟਾਇਰ, ਉਹ ਤਾਂ ਰਾਤੀ 1:30 ਵਜੇ ਲੁੱਕੀ ਚੁੱਕ ਕੇ ਅਤੇ ਲੋਕਾਂ ਨੇ ਕੱਢਿਆ ਹੈ। ਅੱਜ ਵੀ ਅਸੀਂ ਤਾਂ ਘਰੇ ਸਾਂ ਤਾਂ ਖੜਕਾ ਸੁਣ ਕੇ ਬਾਹਰ ਆਏ ਹਾਂ, ਅਤੇ ਉਵੇਂ ਹੀ ਦੱਸਦੇ ਪਏ ਨੇ ਜੀ ਸਾਰੇ ਵੀ ਉੱਥੇ ਗੱਡੀ ਟੋਏ 'ਚ ਵੱਜੀ ਹੈ, ਕਾਰ ਅੱਗੋਂ ਬੱਸ ਆਉਂਦੀ ਸੀ ਐਕਸੀਡੈਂਟ ਹੋ ਗਿਆ। ਕਾਰਨ ਕੀ ਹੈ ਜੀ, ਤੁਹਾਡੇ ਹੀ ਇੱਥੇ ਟੋਏ ਨੇ ਜਾਂ ਕੋਈ ਬਾਏ ਨੇ, ਹੋਰ ਕਿਤੇ ਨਹੀਂ ਹੈਗੇ? ਇਹ ਨਹੀਂ ਮੈਨੂੰ ਪਤਾ ਜੀ ਕਾਰਨ ਕੀ, ਮੈਂ ਤਾਂ ਇਹ ਜਾਣਾ ਵੀ 3 ਸਾਲ ਦੇ ਨੇ, ਇਹ ਸਰਕਾਰਾਂ ਅਤੇ ਇਹ ਜਿਹੜੇ ਅਧਿਕਾਰੀ ਨੇ ਇੱਥੋਂ ਤੇ ਕਰਦੇ ਕੀ ਨੇ, ਇੰਨੀਆਂ ਇੰਨੀਆਂ ਤਨਖਾਹਾਂ ਲੈਂਦੇ ਨੇ, ਐਮਐਲਏ ਨਾਲ ਗੱਲ ਕੀਤੀ ਹੈ? ਮਤਲਬ ਕੋਈ ਨਹੀਂ, ਮੈਂ ਕੋਈ ਨਹੀਂ ਕੀਤੀ ਜੀ, ਮੈਂ ਝੂਠ ਨਹੀਂ ਮਾਰਨਾ, ਅਤੇ ਸਾਡੇ ਪਿੰਡੋਂ ਜਾ ਕੇ ਬੰਦੇ ਵੀ ਬੀਬੀਆਂ ਵੀ ਕਾਫੀ ਗਏ ਨੇ, ਮਿਲ ਕੇ ਆਏ ਨੇ, ਪਾਣੀ ਦੀ ਨਿਕਾਸੀ ਕੋਈ ਜੀ 2-3 ਸਾਲ ਦੀ, ਪਾਣੀ ਬਾਟੀਆਂ ਨਾਲ ਕੱਢ ਕੱਢ ਕੇ ਛੜਕੋ ਬਾਹਰ ਟੋਲ ਗਿਆ, ਚਲੋ ਪਾਣੀ ਨੂੰ ਤਾਂ ਛੱਡਿਆ ਜੀ, ਹਰ ਗੱਡੀ ਇੱਥੇ ਰੁਕ ਕੇ ਜਾਂਦੀ, ਮੈਂ ਤਾਂ ਮੇਰੀ ਸਮਝ ਤੋਂ ਬਾਹਰ ਹੈ ਜੀ ਵੀ ਇਹ ਕਰਦੇ ਕੀ ਨੇ ਜੀ, ਜਦੋਂ ਗੱਡੀ ਹਰ ਇੱਕ ਮੁੱਖ ਮੰਤਰੀ ਦੀ ਗੱਡੀ ਵਿੱਚ ਬ੍ਰੇਕ ਲਾ ਕੇ ਲੰਘਦੀ, ਜਦੋਂ ਲੰਘੇ ਜੀ ਕੋਈ ਸੁਣਵਾਈ ਕੋਈ ਨਹੀਂ ਜੀ, ਕੋਈ ਵਹਿੰਦਾ ਹੀ ਕੋਈ ਨਹੀਂ ਜੀ, ਜੇ ਕੋਈ ਜਾਂਦੇ ਨੇ ਸਾਡੇ ਪਿੰਡ ਵਾਲੇ ਐਮਐਲਏ ਕੋਲ ਉਹ ਆਏ ਜੀ, ਉਹਨੇ ਵਿਸ਼ਵਾਸ ਦਵਾਇਆ ਕਰਾ ਜਾਂਗੇ, ਉਹਨੂੰ ਵਿਸ਼ਵਾਸ ਸੀ ਕੰਮ ਚੱਲ ਹੀ ਜਾਂਦਾ, ਉਹਨੇ ਤੈਨੂੰ 2.5 ਸਾਲ ਇਹਨਾਂ ਦੇ ਉੱਪਰ ਲੰਘ ਟੱਪ ਜਾਣਗੇ ਹੋਰ ਆ ਜਾਏਗਾ। ਸਾਨੂੰ ਤਲਾਹ ਮਿਲੀ ਆ ਵੀ ਪਿੰਡ ਬਾਬਾ ਬਸਤੀ ਸਰੂਪਦਾਸ ਦੇ ਨੇੜੇ ਐਕਸੀਡੈਂਟ ਹੋ ਗਿਆ, ਇੱਕ ਸਾਈਡ ਤੋਂ ਕਾਰ ਆ ਰਹੀ ਸੀਗੀ, ਇੱਕ ਸਾਈਡ ਤੋਂ ਪੰਜਾਬ ਰੋਡਵੇਜ਼ ਦੀ ਬੱਸ ਆ ਰਹੀ ਸੀਗੀ, ਇੱਥੇ ਥੋੜ੍ਹਾ ਜਿਹਾ ਸੜਕ ਦੇ ਵਿੱਚ ਥੋੜ੍ਹਾ ਜਿਹਾ ਹੋਣ ਕਰਕੇ ਉਹਦੇ ਕਰਕੇ ਇਹਨਾਂ ਦੀ ਆਪਸ ਵਿੱਚ ਲੱਗ ਗਈਆਂ ਗੱਡੀਆਂ, ਮੌਕੇ 'ਤੇ ਪਹੁੰਚੇ ਹਾਂ, ਕੁਛ ਕਾਰ ਵੀ ਚੱਲ ਰਹੀ ਹੈ, ਪੁੱਛ ਗਿੱਛ ਹੋ ਰਹੀ ਆ, ਉਹਦੇ ਮੁਤਾਬਕ ਜਿਹੜੀ ਬਣਦੀ ਆ ਕਾਰ ਵੀ ਕੋਈ ਹੈਗਾ, ਜਿਸ ਮੁਤਾਬਕ ਬੱਸ ਦੇ ਕੰਡਕਟਰ ਅਤੇ ਬੱਸ ਦੇ ਡਰਾਈਵਰ ਦੱਸ ਰਹੇ ਨੇ, ਸਵਾਰੀ ਦੇ ਕਿਸੇ ਦੇ ਕੋਈ ਵੀ ਮਾਲੀ ਜਾਨੀ ਨੁਕਸਾਨ ਨਹੀਂ।